ਲੈ ਕੇ ਅਗਲੀ ਜਿਹੜੀ ਆ ਹਿੰਦੁਸਤਾਨ ਦੀ ਸਿਚੁਏਸ਼ਨ ਤੇ ਲੋਕਾਂ ਨੂੰ ਨਾਲ ਲੈਣ ਲਈ ਉਹਨਾਂ ਨੇ ਸਭ ਤੋਂ ਪਹਿਲਾਂ ਕਿਹਨੂੰ ਚੁਣਿਆ? ਤੁਹਾਡੇ ਇਸ ਗਦਰੀਆਂ ਦੇ ਪਿੰਡ ਦੇ ਮਹਾਂਸ਼ਹੀਦ ਬਾਬਾ ਬੰਤਾ ਸਿੰਘ ਨੂੰ ਚੁਣਿਆ। ਸੋ ਉਹਨਾਂ ਦੀ ਸਰਪ੍ਰਸਤੀ ਹੇਠ ਪਿਹੜਾ ਜਿਹੜਾ ਡੈਲੀਗੇਟ ਹਿੰਦੁਸਤਾਨ ਨੂੰ ਆਇਆ ਉਹ ਬੰਤਾ ਸਿੰਘ ਸੰਗਵਾਲ ਹੋਣਾ ਦੀ ਸਰਪ੍ਰਸਤੀ ਚੱਲੇ ਆਇਆ। ਉਹਨਾਂ ਨੇ ਆ ਕੇ ਸਭ ਤੋਂ ਪਹਿਲਾਂ ਕੰਮ ਕੀ ਕੀਤਾ? ਆਪਣੇ ਪਿੰਡ ਦੇ ਸਾਥੀ ਅਰੂਪ ਸਿੰਘ ਸਾਥੀ ਨੂੰ, ਡਾਕਟਰ ਅਰੂਪ ਸਿੰਘ ਨੂੰ ਨਾਲ ਲਿਆ, ਹੋਰਾਂ ਨੂੰ ਨਾਲ ਲਿਆ, ਪੰਚਾਇਤੀ ਰਾਜ ਕਾਇਮ ਕੀਤਾ, ਲੋਕਾਂ ਨੂੰ ਇਹ ਦੱਸਿਆ ਤੁਹਾਡਾ ਜਿਹੜਾ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਲਈ ਇੱਕੋ ਇੱਕ ਰਾਹ ਆ ਕਿ ਆਓ ਆਪਾਂ ਇਕੱਠੇ ਹੋ ਕੇ ਇੱਥੇ ਬਗਾਵਤ ਕਰੀਏ। ਜਿਹੜੇ ਕਿ ਤੁਹਾਡੇ ਬਾਹਰਲੇ ਭੈਣ ਭਰਾ ਉੱਥੇ ਗਏ ਆ ਉਹ ਹਿੰਦੁਸਤਾਨ ਨੂੰ ਆਉਣਗੇ ਅਤੇ ਇੱਥੇ ਤੁਹਾਡਾ ਮੁਕਾਬਲਾ ਅੰਗਰੇਜ਼ਾਂ ਨਾਲ ਕਰਕੇ ਇਹਨੂੰ ਕੁੱਟ ਕੁੱਟ ਕੇ ਬਾਹਰ ਕੱਢਣਗੇ। ਸੋ ਇਹਦੇ ਵਿੱਚ ਦੋ ਰਾਇਆਂ ਨਹੀਂ, ਸਾਡੀ ਗਦਰ ਪਾਰਟੀ, ਤੁਹਾਡੀ ਗਦਰ ਪਾਰਟੀ ਬੜੀ ਸੂਝਵਾਨ ਸੀ। ਉਹਨਾਂ ਨੇ ਸੋਚ ਸਮਝ ਕੇ ਇਹ ਸਟੈਂਡ ਲਿਆ ਸੀ ਕਿ ਆਹ ਮੌਕਾ ਖਜਾਉਣ ਦਾ ਨਹੀਂ, ਹੁਣ ਆ ਸਾਡਾ ਬਗਾਵਤ ਕਰਨ ਦਾ ਮੌਕਾ ਹਿੰਦੁਸਤਾਨ ਨੂੰ ਬਾਹਰ ਕੱਢਣ ਦਾ, ਕਿਉਂਕਿ ਸਰਮਾਏਦਾਰੀ ਜਿਹੜੀ ਆ ਅੱਜ ਬੜੀ ਜੰਗ ਦੇ ਵਿੱਚ ਫਸੀ ਹੋਈ ਆ ਹਿੰਦੁਸਤਾਨ ਦੇ ਵਿੱਚ, ਜਿੱਥੇ 800 ਸਿਰਫ ਯੂਰਪੀਅਨ ਜਾਂ ਗੋਰੇ ਅੰਗਰੇਜ਼ੀ ਸਿਪਾਹੀ ਰਹਿ ਗਏ ਸੀ। ਬਹੁਤ ਸੌਖਾ ਸੀ ਉਹਨਾਂ ਨੂੰ ਕੁੱਟ ਕੁੱਟ ਕੇ ਮਾਰ ਕੇ ਬਾਹਰ ਕੱਢਣਾ। ਕਹਿੰਦੇ ਆ ਕਹਾਵਤ ਆ ਵੀ ਇੱਕ ਚਿਆੜੀ ਜਿਹੜੀ ਭਾਂਬੜ ਬਣ ਜਾਂਦੀ ਆ, ਉਹਨਾਂ ਦਾ ਬਿਲਕੁਲ ਨਿਸ਼ਾਨਾ ਸਹੀ ਸੀ ਕਿ ਅਸੀਂ ਇੱਕ ਦੋ ਛਾਉਣੀਆਂ ਤੇ ਕਬਜ਼ਾ ਕਰਕੇ ਫੌਜੀਆਂ ਨੂੰ ਨਾਲ ਲੈ ਕੇ ਇਹ ਭਾਂਬੜ ਮਚਾ ਦੇਣਾ ਹਿੰਦੁਸਤਾਨ ਦੇ ਵਿੱਚ, ਗੋਰਿਆਂ ਨੂੰ ਕੁੱਟ ਕੁੱਟ ਕੇ ਮਾਰ ਮਾਰ ਕੇ ਬਾਹਰ ਕਰ ਦੇਣਾ ਤੇ ਹਿੰਦੁਸਤਾਨ ਦੇ ਵਿੱਚ ਲੋਕ ਰਾਜ ਜਿਹੜਾ ਕਿਵੇਂ ਕਰਦਾ। ਉਹ ਸੀ ਤੁਹਾਡੇ ਇਹ ਸ਼ਹੀਦ, ਉਹ ਸੀ ਇਹ ਸ਼ਹੀਦ, ਉਹਨਾਂ ਦਾ ਪੈਗਾਮ। ਅੱਜ ਸਾਨੂੰ ਉਹ ਪੈਗਾਮ ਚੇਤਾ ਨਹੀਂ ਭੁੱਲ ਜਾਣਾ ਚਾਹੀਦਾ। ਉਹਨਾਂ ਦੇ ਸੁਪਨੇ ਜਿਹੜੇ ਉਹ ਪੂਰੇ ਨਹੀਂ ਹੋ ਸਕੇ, ਉਹਨਾਂ ਦੇ ਸੁਪਨੇ ਇਹਨਾਂ ਸਰਕਾਰਾਂ ਨੇ, ਚਾਹੇ ਉਹ ਅਕਾਲੀਆਂ ਦੀ ਆ ਚਾਹੇ ਉਹ ਕਾਂਗਰਸ ਦੀ ਆ, ਇਹਨਾਂ ਨੇ ਪੂਰੀਆਂ ਨਹੀਂ ਕਰਨੀਆਂ। ਇਹਨਾਂ ਦੇ ਢਿੱਡ ਇੰਨੇ ਬੜੇ ਹੋ ਚੁੱਕੇ ਆ ਉਹ ਭਰਨੇ ਨਹੀਂ ਹੈ। ਤੁਹਾਨੂੰ ਉੱਠ ਕੇ ਬਗਾਵਤ ਜਿਹੜੇ ਅਗਾਂਹ ਵਧੂ ਜਥੇਬੰਦੀਆਂ ਆ ਦੇਸ਼ ਭਗਤ ਯਾਦਗਾਰ ਦੀ ਬਾਗਡੋਰ ਦੇ ਥੱਲੇ ਤੁਹਾਨੂੰ ਸੂਝਵਾਨ ਹੋਣਾ ਪਊਗਾ। ਇੱਥੋਂ ਉਹਨਾਂ ਲੋਟੂ ਜਮਾਤਾਂ ਦਾ ਖਾਤਮਾ ਕਰਨਾ ਕਰੂਗਾ, ਉਹਨਾਂ ਸ਼ਹੀਦਾਂ ਦਾ, ਸੁਪਨਿਆਂ ਦਾ ਹਿੰਦੁਸਤਾਨ ਸਿਰਜਣ ਲਈ ਤੁਹਾਨੂੰ ਖੱਬੀਆਂ ਪਾਰਟੀਆਂ ਦਾ ਜਿਹੜਾ ਆ ਉਹ ਸਾਥ ਦੇਣਾ ਪਊਗਾ। ਮੈਂ ਆਪਣੀ ਜਥੇਬੰਦੀ ਵੱਲੋਂ, ਇੰਗਲੈਂਡ ਵੱਲੋਂ ਤੁਹਾਡੇ ਸਾਰਿਆਂ ਨੂੰ ਅਪੀਲ ਕਰਦਾ ਕਿ ਗਾਹਾਂ ਨੂੰ ਹੰਗਾਰਾ ਭਰੋ, ਉਹਨਾਂ ਦੇ ਚੈਲੇਂਜ ਤੇ ਇਹਨਾਂ ਹਕੂਮਤਾਂ ਨੂੰ ਚੈਲੇਂਜ ਕਰੋ, ਇਹਨਾਂ ਨੂੰ ਭੱਜ ਕੇ ਬਾਹਰ ਕੱਢੋ ਤਾਂ ਕਿ ਲੋਕ ਰਾਜ ਸਾਮਰਾਜ ਜਿਹੜਾ ਇੱਥੇ ਪੈਦਾ ਕੀਤਾ ਜਾਵੇ। ਇਹਨਾਂ ਸ਼ਬਦਾਂ ਨਾਲ ਮੈਂ ਆਪਣੇ ਇਹਨਾਂ ਮਹਾਨ ਸ਼ਹੀਦਾਂ ਨੂੰ ਆਪਣੀ ਜਥੇਬੰਦੀ ਵੱਲੋਂ, ਇੰਡੀਅਨ ਵਰਕਰ ਐਸੋਸੀਏਸ਼ਨ ਵੱਲੋਂ, ਸ਼ਹੀਦ ਊਧਮ ਸਿੰਘ ਵੈਲਫੇਅਰ ਸੈਂਟਰ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ। ਬਹੁਤ ਬਹੁਤ ਮਿਹਰਬਾਨੀ। ਹੈਲੋ, ਬਹੁਤ ਬਹੁਤ ਧੰਨਵਾਦ ਬਾਬਾ ਜੀ ਬਿਲਕਾ ਜੀ ਦੇ ਇਸ ਪੁੱਤਰ, ਵੱਡੇ ਸਪੁੱਤਰ, ਮਹਾਨ ਸੁਤੰਤਰਤਾ ਸੰਗਰਾਮੀ ਬਾਬਾ ਭਗਤ ਸਿੰਘ ਬਿਲਕਾ ਜੀ ਦੇ ਸਪੁੱਤਰ ਭਾਅ ਜੀ ਕੁਲਵੀਰ ਸਿੰਘ ਜੀ ਸੰਘੇੜਾ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਹੈਲੋ ਭਾਅ ਜੀ ਕੋਛੜ ਸਾਹਿਬ, ਆ ਜਾਓ ਜਰਾ ਸਟੇਜ ਤੇ। ਹਾਂਜੀ, ਹਰ ਕਮਲਪ੍ਰੀਤ ਸਿੰਘ ਜੀ ਖੱਖ ਸਾਹਿਬ ਫੁੱਲਾਂ ਵਰਗੀ ਉਹਨਾਂ ਦੀ ਹਾਜ਼ਰੀ ਹੋਈ ਹੈ ਸਾਡੇ ਕਬੱਡੀ ਕੱਪ ਦੇ ਵਿੱਚ, ਉਹਨਾਂ ਦਾ ਬਹੁਤ ਬਹੁਤ ਸਵਾਗਤ ਕੀਤਾ ਜਾ ਰਿਹਾ ਸਾਡੀ ਸਮੁੱਚੀ ਸੰਸਥਾ ਵੱਲੋਂ ਜੀਆਂ ਨੂੰ ਬਹੁਤ ਬਹੁਤ ਸਵਾਗਤ ਹੈ। ਹਾਂਜੀ, ਬਹੁਤ ਹੀ ਸਤਿਕਾਰਯੋਗ ਹਰ ਕਮਲਪ੍ਰੀਤ ਸਿੰਘ ਜੀ ਖੱਖ SP ਸਾਹਿਬ ਸਾਡੇ ਦਰਮਿਆਨ ਪੁੱਜੇ ਨੇ, ਬਹੁਤ ਬਹੁਤ ਸਵਾਗਤ ਕੀਤਾ ਜਾ ਰਿਹਾ, ਫੁੱਲਾਂ ਵਰਗੀ ਹਾਜ਼ਰੀ ਹੈ ਉਹਨਾਂ ਦੀ। ਹਰ ਕਮਲਪ੍ਰੀਤ ਸਿੰਘ ਜੀ ਖੱਖ SP ਸਾਹਿਬ ਦਾ ਬਹੁਤ ਪਿਆਰ ਸਤਿਕਾਰ ਨਾਲ, ਸਰਦਾਰ ਹਰਭਜਨ ਸਿੰਘ ਜੀ ਕਰਾੜੀ ਸਾਹਿਬ, ਡਾਕਟਰ GS ਗਿੱਲ, ਸਾਡੇ ਭੈਣ ਜੀ ਡਾਕਟਰ ਜਸਵੀਰ ਕੌਰ ਗਿੱਲ, ਮਾਣ ਹੈ ਸਾਨੂੰ ਕਿ ਇਹੋ ਜਿਹੀਆਂ ਸ਼ਖਸੀਅਤਾਂ, ਇਹੋ ਜਿਹੇ ਵੱਡੇ ਪੁਲਿਸ ਆਫਿਸਰ, ਬੜੇ ਨੇਕ ਇਨਸਾਨ ਉਹ ਜ਼ਿਲ੍ਹਾ ਜਲੰਧਰ ਦੇ ਵਿੱਚ ਜਿਨ੍ਹਾਂ ਦਾ ਬਹੁਤ ਨਾਂ ਹੈ, ਉਹਨਾਂ ਨੇ ਅੱਜ ਗਦਰੀ ਬਾਬਿਆਂ ਨੂੰ ਆਪਣੀ ਸ਼ਰਧਾ ਦੇ ਫੁੱਲ ਅਰਪਿਤ ਕਰਨ ਵਾਸਤੇ ਸਮਾਂ ਕੱਢਿਆ ਹੈ। ਮੈਂ ਬਹੁਤ ਪਿਆਰ ਸਤਿਕਾਰ ਦੇ ਨਾਲ ਸਮੁੱਚੇ ਟਰੱਸਟ ਵੱਲੋਂ SP ਸਾਹਿਬ ਖੱਖ ਸਾਹਿਬ ਦਾ ਇੱਥੇ ਪਹੁੰਚਣ 'ਤੇ ਬਹੁਤ ਬਹੁਤ ਪਿਆਰ ਸਤਿਕਾਰ ਦੇ ਨਾਲ ਜੀਆਂ ਨੂੰ ਆਖਦਾ ਹਾਂ ਅਤੇ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਆਪਣੇ ਬਹੁਤ ਰੁਝੇਵਿਆਂ 'ਚੋਂ ਸਮਾਂ ਕੱਢ ਕੇ ਸਾਨੂੰ ਇਹ ਮਾਣ ਬਖਸ਼ਿਆ ਹੈ, ਗਦਰੀ ਬਾਬਿਆਂ ਨੂੰ ਮਾਣ ਬਖਸ਼ਿਆ ਹੈ। ਜੀਆਂ ਨੂੰ ਬਹੁਤ ਸਾਰਾ ਧੰਨਵਾਦ।
हेलो जी अगली टीम है कोचर साहब जी अगली टीम है उन्होंने लाइनअप करा दो हमने चंद खाख साहब सरदार अजीत सिंह जी कुहाड़ जो हमने चंद मिनटों में इतने पहुंचने वाले हैं ट्रांसपोर्ट मंत्री साहब उन्होंने दोनों टीमों आशीर्वाद देंगे अगली टीम नू सदा दतार जी दे दियो हाँ जी हाँ जी ठीक है जी मेहरबानी धन्यवाद जी बहुत ही अगला मैच क्लबां दा ना हाँ जी पहला मैच बाबा अजीत सिंह बाबा जुझार सिंह कबड्डी क्लब चमकौर साहब तो शाहकोट के नाल पहला मैच होगा दोनों टीमों नू बेनती है सरपंच साहब नू दतार सिंह जी नू और पिंडा यूएसए तो जो के ग्राउंड दे इंचार्ज हैं उन्होंने बेनती है कि दोनों क्लबों नू सुखी बराड़ जी वेलकम जी है दोनों टीम जड़िया ने ग्राउंड दे विच बुला लो क्योंकि साढ़े आज दे मुख मेहमान पहुंच चुके हैं असी उन्होंने नाल दोनों टीमों की इंट्रोडक्शन करावांगे धन्यवाद मेहरबानी हाँ जी साढ़े बहुत ही सत्कारयोग गुरदीप सिंह जी प्रधान युवक सेवावां क्लब उन्होंने सत्कारयोग अमनदीप सूसा मंगा सूसा ते सूबेदार दर्शन सिंह जी संघवाल पुजे है धन्यवाद बहुत खुशी है कि जिथे पतवंते सज्जन ते उथे बड़े बड़े ऑफिसर साहब भी इथे साडे इस टूरनामेंट नूं चार जन ला रहे हैं हरप्रीत सिंह जी हरकमल सिंह जी हाँ जी खाक साहब जो कि एस पी साहब हैं ते जिन्हां दा बहुत बढ़िया जो प्रबंध दे नाल वो अपना सारा इस पुलिस डिपार्टमेंट नूं चला रहे हैं ते लोकां दे नाल उन्हां दा बहुत बढ़िया तालमेल ते मिलवर्तन है असीं उन्हां नूं आखदे हाँ ते उन्हां दे नाल जो होर सहयोगी साथी उन्हां दे आए हैं टीम नाल प्रबंध दे उन्हां नूं भी असीं जीआं आखदा हाँ धन्नवाद हाँ जी सरबंस सिंह जी पंच ते अमरीक सिंह जी पंच साडे रणजीत सिंह जी राजू लंबड़दार साहब भी पुजे ने उन्हां दा भी स्वागत है जी साडे सत्कारयोग पम ढींसा जी साडे सत्कारयोग जथेदार मलकीत सिंह जी दौलतपुर अज जिन्हां वल्लों एलसीडियां दित्तियां जाणियां अगले साल मोटरसाइकिल दिते जाने पिंड पद्धर दे बेस्ट स्टेट जाफरी नूं वो भी तकदे हुए बहुत बहुत धन्नवाद है सतनाम सिंह जी आस्ट्रेलिया साडे खेड मिले दा साडे जसकरन सिंह जी कनेडा कल कहिंदे वी 1500 दे नोट ते अज डालरां दी गल होणी है सतनाम सिंह जी ये कल कहिंदे वी असीं अपने गदरी बाबियां दी याद वी उहनां दे प्यार ते सदका जिहड़े ਉਹ ਇੱਥੇ ਪੁੱਜਦੇ ਆ ਹਰ ਸਾਲ ਵੱਡੇ ਮਾਣ ਕਰਾਂਗੇ ਇਹਨਾਂ ਖਿਡਾਰੀਆਂ ਦੇ ਬਹੁਤ ਬਹੁਤ ਧੰਨਵਾਦ ਜਸਕਰਨ ਸਿੰਘ ਜੀ ਕੈਨੇਡਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਬੱਡੀ ਦੀ ਗੱਲ ਕਰਨ ਲੱਗਾ ਪਹਿਲਾਂ ਰੱਬ ਦਾ ਨਾਮ ਧਿਆਉਂਦਾ ਹਾਂ ਜੇ ਇਸ ਦਿਮਾਗ ਨੂੰ ਐਸੀ ਸੋਚ ਦਿੱਤੀ ਕਬੱਡੀ ਦੇ ਅਰਸ਼ ਉਡਾਰੀ ਲਾਉਂਦਾ ਹਾਂ ਕੌਣ ਕਿੱਦਾਂ ਰੇਡ ਪਾਵੇ ਜੱਫਾ ਲਾਵੇ ਸਭ ਧਿਆਨ ਵਿੱਚ ਲਿਆਉਂਦਾ ਹਾਂ ਲੱਗੇ ਭਾਵੇਂ ਕੌੜਾ ਬੋਲੂਗਾ ਸੱਚ ਹੁੱਠੀ ਇਸ ਗੱਲ ਦੀ ਪਹਿਲਾਂ ਹੀ ਮਾਫ਼ੀ ਚਾਹੁੰਦਾ ਹਾਂ ਇਸ ਗੱਲ ਦੀ ਪਹਿਲਾਂ ਹੀ ਮਾਫ਼ੀ ਚਾਹੁੰਦਾ ਹਾਂ ਉਹ ਕਾਰੀ ਸਾਰੀ ਦੇ ਸੋਹਣੇ ਜਿਹੇ ਗੱਭਰੂ ਨੇ ਕਬੱਡੀ ਪਾ ਕੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਅੰਕ ਜੋੜਿਆ ਅਤੇ ਦੂਸਰੇ ਪਾਸੇ ਸਘਵਾਲ ਵੱਲੋਂ ਕਬੱਡੀ ਉੱਚਾ ਲੰਮਾ ਨੌਜਵਾਨ ਹੌਲੀ ਹੌਲੀ ਆਪਣੇ ਵਿਰੋਧੀ ਖਿਮੇ ਵੱਲ ਨੂੰ ਲੱਭਿਆ ਤੇ ਅੰਕ ਭਾਲਣ ਦੀ ਕੋਸ਼ਿਸ਼ ਯਾਨੀ ਕਿ ਸੰਘਰਸ਼ ਦੀ ਗੱਲ ਇਹ ਚੱਲਦਾ ਹੈ 25ਵਾਂ ਸ਼ਾਨਦਾਰ ਖੇਡ ਮੇਲਾ ਸ਼ਹੀਦਾਂ ਦੀ ਧਰਤੀ ਸੰਘਵਾਲ ਦੇ ਵਿੱਚ ਜਿਨ੍ਹਾਂ ਦੀਆਂ ਰੱਬ ਉੱਤੇ ਹੁੰਦੀਆਂ ਨੇ ਡੋਰੀਆਂ ਖੁਸ਼ ਰਹਿੰਦੇ ਉਹ ਹਰ ਹਾਲ ਵਿੱਚ ਬਈ ਜਿਨ੍ਹਾਂ ਦੀਆਂ ਰੱਬ ਉੱਤੇ ਹੁੰਦੀਆਂ ਨੇ ਡੋਰੀਆਂ ਖੁਸ਼ ਰਹਿੰਦੇ ਉਹ ਹਾਲ ਵਿੱਚ ਬਈ ਹਵਾ ਖੋਰੇ ਆਦਮੀ ਸ਼ਕੀਨ ਹੁੰਦੇ ਸੈਰ ਦੇ ਰਹਿੰਦੇ ਅਮਲੀ ਨੇ ਨਸ਼ਿਆਂ ਦੀ ਭਾਲ ਵਿੱਚ ਬਈ ਨਸ਼ੇ ਪੱਤੇ ਅਮਲੀ ਦੇ ਜਦੋਂ ਫੁੱਲ ਹੁੰਦੇ ਨੇ ਚੱਕਿਆ ਨਾ ਜਾਵੇ ਅੱਖ ਲਾਲ ਵਿੱਚ ਬਈ ਸਰਦਾਰ ਅਜੀਤ ਸਿੰਘ ਕੁਹਾੜ ਕੈਬਨਿਟ ਮੰਤਰੀ ਪੰਜਾਬ ਖੇਡ ਮੇਲੇ ਵਿੱਚ ਖੇਡ ਮੈਦਾਨ ਦੇ ਵਿੱਚ ਪਹੁੰਚ ਗਏ ਬਹੁਤ ਹੀ ਧੰਨਵਾਦ ਹੈ ਸਾਨੂੰ ਕਿ ਸਾਡੇ ਦਰਮਿਆਨ ਸਾਡੇ ਅੱਜ ਦੇ ਮੁੱਖ ਮਹਿਮਾਨ ਪੰਜਾਬ ਸਰਕਾਰ ਦੇ ਟਰਾਂਸਪੋਰਟ ਮੰਤਰੀ ਜਥੇਦਾਰ ਸਰਦਾਰ ਅਜੀਤ ਸਿੰਘ ਜੀ ਕੁਹਾੜ ਸਾਹਿਬ ਵਿਸ਼ੇਸ਼ ਤੌਰ ਤੇ ਆਪਣੇ ਰਜੇਵਾਂ 'ਚੋਂ ਸਮਾਂ ਕੱਢ ਕੇ ਸਾਡੇ ਦਰਮਿਆਨ ਪਹੁੰਚੇ ਹਨ ਨਾਲ ਉਹਨਾਂ ਦੇ ਸਰਦਾਰ ਰਣਜੀਤ ਸਿੰਘ ਜੀ ਕਾਲੋਂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕਰਤਾਰਪੁਰ ਹਲਕੇ ਦੇ ਇੰਚਾਰਜ ਜਿਨ੍ਹਾਂ ਦੀ ਰਹਿਨੁਮਾਈ ਹੈ ਉਹ ਬੜੇ ਪਿਆਰ ਸਤਿਕਾਰ ਦੇ ਨਾਲ ਸਾਡੇ ਦਰਮਿਆਨ ਪਹੁੰਚੇ ਹਨ ਔਰ ਸਾਡੇ ਸਤਿਕਾਰਯੋਗ ਪ੍ਰਧਾਨ ਜੀ ਡਾਕਟਰ ਜੀ ਐਸ ਗਿੱਲ ਸਾਹਿਬ
बड़े प्यार सत्कार दे नाल साडे भैन जी डॉक्टर जसबीर कौर पोतरी बंता सिंह संघवाल जिन्हां दी याद दे विच ये पच्चीवें खेड मेला 100 साल पूरे हुए ने शताब्दी मनाई जा रही है दा मेजर सिंह जिन्होंने बहुत वड्डा प्यार दिता है इस खेड मेले नूं मैं सारिआं दा सारिआं वल्लों सारे ट्रस्ट वल्लों सत्कारयोग सरदार हरभजन सिंह जी कराड़ी साहब साडे चेयरमैन इस इलाके दे बहुत प्यार सत्कार दे नाल जीआं नूं आखदे हां नाल जोरा सिंह लखते जिगर सरदार मेजर सिंह जी संघवाल दा वड्डा प्यार सत्कार और कुहार साहब दा इत्थे पहुंचे ते नाल साडे सरपंच साहब साबी सरपंच जी पूरे प्यार दे नाल लै के आउंदे होए कुहार साहब नूं स्टेज वल नूं मैडम जी भैन जी जसबीर कौर जी बहुत सारा धन्नवाद ਉਹ ਮੇਰਾ ਵੀਰ ਗੁਰਨੇਕ ਸਿੰਘ ਜੀ ਢਿੱਲੋਂ ਸਾਹਿਬ ਬਹੁਤ ਸਾਰਾ ਪਿਆਰ ਹੈ ਗੁਰਨੇਕ ਸਿੰਘ ਜੀ ਢਿੱਲੋਂ ਸਾਹਿਬ ਸਾਡੇ ਸਤਿਕਾਰਯੋਗ ਮੰਤਰੀ ਸਾਹਿਬ ਸਰਦਾਰ ਅਜੀਤ ਸਿੰਘ ਜੀ ਕੁਹਾੜ ਸਰਦਾਰ ਅਜੀਤ ਸਿੰਘ ਜੀ ਕੁਹਾੜ ਕਾਲਨ ਸਾਹਿਬ ਬਹੁਤ ਸਾਰਾ ਪਿਆਰ ਬਹੁਤ ਸਾਰੇ ਸਤਿਕਾਰ ਦੇ ਨਾਲ ਤੁਹਾਡਾ ਸਵਾਗਤ ਹੈ ਬਹੁਤ ਸਾਰਾ ਪਿਆਰ ਜੀ ਆਇਆਂ ਨੂੰ ਬਹੁਤ ਵੱਡੇ ਪਿਆਰ ਸਤਿਕਾਰ ਦੇ ਨਾਲ ਕੁਹਾੜ ਸਾਹਿਬ ਦੇ ਨਾਲ ਆਏ ਸੀ ਬਹੁਤ ਹੀ ਅਜੀਮ ਸ਼ਖਸੀਅਤਾਂ ਹਨ ਇਹਨਾਂ ਸਾਰੀਆਂ ਸ਼ਖਸੀਅਤਾਂ ਦਾ ਕੁਹਾੜ ਸਾਹਿਬ ਦੇ ਨਾਲ ਇੱਥੇ ਗਦਰੀ ਬਾਬਿਆਂ ਦੇ ਮੇਲੇ ਤੇ ਆਏ ਮਾਨਮਤੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇਸ ਟੂਰਨਾਮੈਂਟ ਤੇ ਬਹੁਤ ਸਾਰਾ ਸਵਾਗਤ ਜੀ ਆਇਆਂ ਨੂੰ ਧੰਨਵਾਦ ਦਾ ਸਰਵਨ ਸਿੰਘ ਜੀ ਯੂਕੇ ਤੋਂ ਜੋ ਕਿ ਸ਼ਹੀਦ ਊਧਮ ਸਿੰਘ ਟਰੱਸਟ ਯੂਕੇ ਦੇ ਸੈਕਟਰੀ ਜਨਰਲ ਹਨ ਉਹਨਾਂ ਵੱਲੋਂ ਵੀ ਸਾਰਿਆਂ ਦਾ ਇੱਥੇ ਪਹੁੰਚਣ ਤੇ ਬਹੁਤ ਸਾਰਾ ਸਵਾਗਤ ਜੀ ਆਇਆਂ ਨੂੰ ਧੰਨਵਾਦ ਅਰਵਿੰਦਰ ਕੋਛੜ ਜੀ ਬਹੁਤ ਵਧੀਆ ਤਰੀਕੇ ਨਾਲ ਆਪਣੀ ਡਿਊਟੀ ਨਿਭਾਉਂਦੇ ਹੋਏ ਬੜੀ ਪ੍ਰਸਿੱਧ ਸ਼ਖਸੀਅਤ ਆ ਕਬੱਡੀ ਜਗਤ ਦੀ ਤੇ ਸਾਹਮਣੇ ਫੇਰ ਵੀਰ ਮੇਰੇ ਕਬੱਡੀ ਪੈ ਗਈ ਹੈ ਆਓ ਵੇਖੋ ਬਚਾਈ ਹੈ ਲੱਤ ਕਿ ਨਹੀਂ ਹੌਲੀ ਜਿਹੀ 30 ਸਕਿੰਟ ਦੇ ਵਿੱਚ ਫੈਸਲਾ ਕਰਨਾ ਤੇ ਪੋਲੇ ਪੋਲੇ ਪਾਵਮਿਆਂ ਹਲਕਾ ਹਲਕਾ ਜਿਹਾ ਸੰਘਰਸ਼ ਆ ਤੇ ਸਾਡਾ ਗੋਗੀ ਜੋੜਾ ਵਧੀਆ ਤਰੀਕੇ ਦੇ ਨਾਲ ਇਸ਼ਾਰਾ ਕਰਦੇ ਹੋਏ ਪੁਆਇੰਟ ਧਾਵੀ ਦੇ ਹੱਥ ਵਿੱਚ ਹੁੰਦਾ ਹੋਇਆ ਵੀਰ ਮੈਂ ਕੁਤਾਹੀ ਕਰਾਂਗਾ ਆਪਣੇ ਆਪ ਨਾਲ ਵੀ ਬਈ ਜੇ ਏ ਪੀ ਸਿੰਘ ਮਾਨ ਜੋ ਕਿ ਵਿਸ਼ੇਸ਼ ਤੌਰ ਤੇ ਸਾਡੇ ਕੋਲ ਪਹੁੰਚੇ ਹਨ ਯੂਕੇ ਸੰਗਤ ਟੀਵੀ ਬਹੁਤ ਮਸ਼ਹੂਰ ਟੀਵੀ ਹੈ ਉਸ ਟੀਵੀ ਦੇ ਐਂਕਰਿੰਗ ਹਨ ਔਰ ਬਹੁਤ ਸੁਲਝੀ ਹੋਈ ਸ਼ਖਸੀਅਤ ਦੇ ਮਾਲਕ ਹਨ ਔਰ ਮੈਂ ਜਦੋਂ ਵੀ ਇੰਗਲੈਂਡ ਗਿਆ ਇੰਟਰਵਿਊ ਕੀਤੀਆਂ ਨੇ ਮੇਰੀ ਮਾਨ ਸਾਹਿਬ ਨੇ ਮਾਨ ਸਾਹਿਬ ਤੁਹਾਡਾ ਇੱਥੇ ਪਹੁੰਚਣ ਤੇ ਸਵਾਗਤ ਹੈ ਉਹਨਾਂ ਦੇ ਪਰਮ ਮਿੱਤਰ ਜਸਪਾਲ ਸਿੰਘ ਜੀ ਸਿੱਧੂ ਬਰਮਿੰਗਮ ਤੋਂ ਉਹ ਵੀ ਸਾਡੇ ਨਾਲ ਪਹੁੰਚੇ ਹਨ ਵੈਲਕਮ ਜੀ ਆਇਆਂ ਨੂੰ ਓਵਰ ਟੂ ਗਰਾਊਂਡ ਉੱਧਰ ਲੱਗਿਆ ਸੀ ਜੱਫਾ ਸੋਹਣਾ ਜਿਹਾ ਤੇ ਪੁਆਇੰਟ ਸੰਘਵਾਲ ਪਿੰਡ ਦੇ ਹੱਕ ਵਿੱਚ ਹੁੰਦਾ ਹੋਇਆ ਤੇ ਅਗਲੀ ਕਬੱਡੀ ਫੇਰ ਉਹ ਵੇਖੋ ਧੌਣ ਦੇ ਦੁਆਲੇ ਰਹਿੰਦੀ ਘੁੰਮਦੀ ਕਾਲੀਗਾਨੀ ਮਿੱਤਰਾਂ ਦੀ ਹੈਕ ਨੂੰ ਵਿਚਾਲਿਓਂ ਚੁੰਮਦੀ ਕਾਲੀਗਾਨੀ ਮਿੱਤਰਾਂ ਦੀ ਇਹ ਮੇਰੇ ਵੀਰ ਨੇ ਗਲ ਦੇ ਵਿੱਚ ਕਾਲੀਗਾਨੀ ਪਾਈ ਹੋਈ ਹੈ ਤੇ ਫੇਰ ਵਿਰੋਧੀ ਖੇਮੇ ਦੇ ਵਿੱਚ ਆ ਬੈਠਾ ਤੇ ਸਾਰੇ ਚਾਰੇ ਜਾਫੀ ਆਪੋ ਆਪਣੀ ਤਿਆਰੀ ਦੇ ਵਿੱਚੋਂ ਹਲਕਾ ਜਿਹਾ ਪਿਆਰ ਦਿੱਤਾ ਸਿਰਫ ਹਲਕਾ ਜਿਹਾ ਵੱਡਾ ਪਿਆਰ ਵੀ ਬਾਅਦ ਦੇ ਵਿੱਚ ਮਿਲਣਾ 8 ਅਕੈਡਮੀਆਂ ਦੇ ਵੀ ਮੈਚ ਹੋਣੇ ਨੇ ਉਹ ਕਦੇ ਸੱਜੇ ਨੂੰ ਕਦੇ ਖੱਬੇ ਨੂੰ ਫੇ ਹੁੰਦਾ ਸੰਘਰਸ਼ ਉਹ ਵੇਖੋ ਕੀ ਬਣ ਗਿਆ ਵੀਰ ਮੇਰਿਓ ਤੇ ਪੁਆਇੰਟ ਕਾਰੀ ਸਾਰੀ ਦੇ ਹੱਕ ਵਿੱਚ ਹੁੰਦਾ ਹੋਇਆ ਜਿੱਥੋਂ ਦਾ ਕਾਕਾ ਕਾਰੀ ਜਿੱਥੋਂ ਦਾ ਮੇਰਾ ਵੀਰ ਵਿਸ਼ਵ ਦੇ ਵਿੱਚ ਮਸ਼ਹੂਰ ਹੋਇਆ ਵੀਰ ਮੇਰਿਓ ਤੇ ਕੁੱਕਾ ਸਾਰੀ ਗੋਗੂ ਸਾਰੀ ਇਹ ਇਟਲੀ ਦੇ ਵਿੱਚ ਕਾਕਾ ਮੇਰਾ ਵੀਰ ਸਾਰੇ ਵਰਲਡ ਦੇ ਵਿੱਚ ਧੁੰਮਾਂ ਪਾਈਆਂ ਤੇ ਆਹ ਸੋਹਣੇ ਜਿਹੇ ਹੋਰ ਖਿਡਾਰੀ ਖੇਡ ਮੈਦਾਨ ਦੇ ਵਿੱਚ ਆ ਗਏ ਨੇ ਕਿੰਨਾ ਚੰਗਾ ਲੱਗਦਾ ਕਿੰਨਾ ਵਧੀਆ ਲੱਗਦਾ ਉਧਰ ਖੁੱਚ ਪੱਟਣ ਦੀ ਕੀਤੀ ਕੋਸ਼ਿਸ਼ ਹਾਰੀਆਂ ਟੀਮਾਂ ਲੂਜ਼ਰ ਹਰਖੋਵਾ ਤੇ ਕੰਗ ਮਾਹੀ ਦੀਆਂ ਟੀਮਾਂ ਆਪਣਾ ਮਾਨ ਸਨਮਾਨ ਲੈਣ ਵਾਸਤੇ ਮੇਨ ਸਟੇਜ ਦੇ ਉੱਪਰ ਆ ਜਾਣ ਸਰਪੰਚ ਸਾਹਿਬ ਵੱਲੋਂ ਸਰਦਾਰ ਮੇਜਰ ਸਿੰਘ ਜੀ ਇਹ ਸਾਡੇ ਅੱਜ ਦੇ ਮੁੱਖ ਮਹਿਮਾਨ ਸਰਦਾਰ ਅਜੀਤ ਸਿੰਘ ਜੀ ਕੁਹਾੜ ਸਾਹਿਬ ਸਰਦਾਰ ਰਣਜੀਤ ਸਿੰਘ ਜੀ ਕਾਲਨ ਸਾਹਿਬ ਨੂੰ ਬੇਨਤੀ ਕਰਾਂਗਾ ਜੀ ਐਸ ਗਿੱਲ ਸਾਹਿਬ ਸਾਡੇ ਪ੍ਰਧਾਨ ਸਰਵਨ ਸਿੰਘ ਜੀ ਅਕਰਾੜੀ ਸਾਹਿਬ ਨੂੰ ਬੇਨਤੀ ਹੈ ਚੇਅਰਮੈਨ ਸਾਹਿਬ ਸਾਡੇ ਸਰਵਨ ਸਿੰਘ ਜੀ ਯੂਕੇ ਜੋ ਕਿ ਸੈਕਟਰੀ ਜਨਰਲ ਹਨ ਸ਼ਹੀਦ ਊਧਮ ਸਿੰਘ ਟਰੱਸਟ ਦੇ ਉਹਨਾਂ ਨੂੰ ਬੇਨਤੀ ਹੈ ਕਿ ਇਹ ਮਾਣ ਪਿਆਰ ਸਤਿਕਾਰ ਖਿਡਾਰੀਆਂ ਤੱਕ ਪਹੁੰਚਾਉਣ ਸਾਡੇ ਅੱਜ ਦੇ ਮੁੱਖ ਮਹਿਮਾਨ ਸਤਿਕਾਰਯੋਗ ਸਰਦਾਰ ਅਜੀਤ ਸਿੰਘ ਜੀ ਕੁਹਾੜ ਟਰਾਂਸਪੋਰਟ ਮੰਤਰੀ ਪੰਜਾਬ ਸਰਕਾਰ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਹਨ ਇਹਨਾਂ ਸ਼ਹੀਦਾਂ ਨੂੰ ਔਰ ਬਹੁਤ ਮਾਣ ਟਰੱਸਟ ਦਾ ਕੀਤਾ ਹੈ ਔਰ ਸਾਡੇ ਭੈਣ ਜੀ ਭੱਜ ਕੇ ਆਏ ਨੇ ਵੀ ਮੈਂ ਵੀ ਫੋਟੋ ਕਰਾਉਣੀ ਹੈ ਬੜਾ ਚਾਅ ਹੈ ਪੋਤੀ ਨੂੰ ਚਾਅ ਹੁੰਦਾ ਸੋ ਇਹ ਸਾਡੇ ਬੰਤਾ ਸਿੰਘ ਸੰਘਵਾਲ ਦੇ ਪੋਤੀ ਔਰ ਸਾਡੇ ਡਾਕਟਰ ਜਸਬੀਰ ਕੌਰ ਜੀ ਜੋ ਕਿ ਆਪ ਪ੍ਰਿੰਸੀਪਲ ਰਹੇ ਜਨਤਾ ਕਾਲਜ ਕਰਤਾਰਪੁਰ ਦੋਨੋਂ ਟੀਮਾਂ ਮੈਂ ਸੁੱਖੀ ਬਰਾੜ ਨੂੰ ਬੇਨਤੀ ਕਰਨੀ ਹੈ
नाल मेरा हिंदुस्तान का सब तो सियाना खिडारी बिजली बोर्ड का, हाँ जी बिट्टू जी नूं बेनती है एक्टिंग प्रधान नॉर्थ इंडिया कबड्डी फेडरेशन नूं कि दोनों टीमें जिहड़ियां लाइनअप करातियां जाण इस मैच तो बाद तां जो असीं अज्ज दे मुख मेहमान सत्कारयोग सरदार जीत सिंह जी साहब दे नाल इन्हां दोनों टीमों की जाति जान पछाण करा सकीए। बहुत मेहरबानी होगी सुखी बराड़ जी, लेट हो गए हैं काफ़ी, हुण आपां लेट कढ़नी है सारे रल के। अज भिंदा यूएसए वाला भी बिल्कुल रणजीत बावे वर्गी लुक बनी है जवानों, मैं तो समझा रणजीत बावा ही आ गया मैदान दे विच, पर नहीं उन्हें शाम नूं पहुंचना है। तो हुण सरपंच साहब ग्राउंड दे इंचार्ज साढ़े भिंदा जी, बहुत सारा माण है सानू यूएसए कबड्डी खेडिया बहुत तकड़ी, सरदार गुरनेक सिंह जी ढिल्लों का मैं विशेष स्वागत करता हाँ और जी आइयां नूं आखदा हाँ जिहड़े कि साढ़े अज्ज दे मुख मेहमान सत्कारयोग सरदार अजीत सिंह जी कुहाड़ साहब दे नाल, वड्डा माण है सानू। यह चलता हुआ फाइनल मैच अज का, 15 अंकों से मैच की समाप्ति हो जानी है, एक पासे 9.5 पॉइंट एक पासे 10 पॉइंट आ, 15 जो अंक हो गए उदो ये फाइनल मैच खत्म हो जाना, मुड़ के आप अगले साल देखना मेरे हिसाब नाल हुण आप चार क्रेडा वधिया तरीके देख लीए तो कबड्डी की कमेंटरी भी सुन लीए। उधरले पासे सरदार पाल सिंह जी पडोरी फगूड़ा अपनी बिसल बजा के फैसले करते हैं। हैलो साढ़े इलाका करतारपुर के बहुत ही योगी शख्सियत अकाली सरकार दे विच बादल सरकार दे विच बहुत नाम है कालों साहब का, सरदार रणजीत सिंह जी कालों साहब बहुत प्यार है साडा, बहुत वड्डा मेला करवाउंदे ने हर साल और कबड्डी नूं बहुत माण दिंदे हन। इस दे नाल ऊधम सिंह जी चौधरी संगरा वाली तो साबी रंधावा जी, सरदार सतनाम सिंह जी बुटर और साडे वीर सोढ़ी जी कमल जस्सी जट, ये सारे पम ढींसा ते जसवीर नोनी दे मित्र हन, वो भी विशेष तौर पर अज इस मेले दे विच तशरीफ फरमा हन, मैं उन्हां दा भी स्वागत करदा हाँ जी, आनू आखदा हाँ धन्नवाद। और इस मैच तो बाद टीमां मैदान दे विच लाइनां फोन गईआं तां जो असीं इंट्रोडक्शन करा सकी, धन्नवाद। ओवर टू ग्राउंड। अज किसी का फरके डोला किसी का पट फरकदा है, अज कोई रेडर किसी स्टॉपर की अख च रड़कदा है, किसी पवाई मोरनी किसी ने शेर पाया है, खिंच लो तैयारी मुड़ियो गबरू अंक लैन आया है, खिंच लो तैयारी मुड़ियो गबरू अंक लैन आया है। ये मेरा वीर निंदरिया जी ने कबड्डी पाई है ते बिल्कुल आखिरी पलों के चलता हुआ मैच आ, छड मेरी बांह मित्रा मेरी मां मार दी हाका, भले वेले नाल ही बांह छड़ाई चंगी हुंदी है, छड़ा के वीर मेरा अपने राह पहुंचा ते पॉइंट कारी सारी दे हक विच हुंदा हुआ। डॉक्टर गुरचेतन गिल जी हड्डियां दे माहर, माण है सानू, बहुत प्यार सत्कार के नाल साडे दरम्यान पहुंचे हैं डॉक्टर गिल साहब के लखते जिगर हैं। कल एक वीर दियां गल्लां होईयां ने गुरवीर दियां, अज गुरचेतन भी पहुंच गया है, गिल साहब डॉक्टर साहब तुहाडा इत्थे पहुंचण ते तुहाडे मेले ते तुहाडा बहुत प्यार सत्कार नाल जी आयां नूं वेलकम धन्नवाद, बहुत प्यार। कुहाड़ साहब दे नाल साडे सत्कारयोग सरदार रणजीत सिंह जी कालों आते उन्हां दे नाल आईयां शख्सियतां, सरदार सुरजन सिंह जी चट्ठा, चट्ठा साहब वेलकम, सरदार सुरजन सिंह चट्ठा नॉर्थ इंडिया कबड्डी फेडरेशन के प्रधान। मैं एक बेनती करनी है भाई, जिन्हें भी मेरे कमेटी मैंबर हैं दतार वालों बेनती है, कनेडा तो आके शहीदां नूं समर्पित टूरनामेंट कराया जा रहा है, तो टीमा दोनों लाइनअप हो जाए मैदान दे विच, बिल्कुल यकीनी बना दिओ कोई वाधू बंदा ऑफिशियल तो बगैर मैदान दे विच ना होवे, तां जो असी बड़े प्यार सत्कार दे नाल सत्कारयोग जथेदार सरदार अजीत सिंह जी कुहाड़ साहब उन्हां दे नाल, जथेदार सरदार रणजीत सिंह जी कालों करतारपुर मैंबर श्रोमणी गुरुद्वारा प्रबंधक कमेटी और साडे अकाली लीडर जिन्होंने सानू बहुत माण बख्शिया है, शहीदां नू बहुत सत्कार दिता है, असी उन्हां दे नाल इस नौजवानों के ये कबड्डी खिडारियों के जिन्होंने हिंदुस्तान की नुमाइंदगी की है वर्ल्ड कप के अंतरराष्ट्रीय पद्धर के उपर उन्होंने नाल जाति जान पछाण करा सकी। सो बेनती है दोवें टीमां लाइनअप, बेनती करांगा डॉक्टर गिल साहब नू
ਸਰਦਾਰ ਭਜਨ ਸਿੰਘ ਜੀ ਕਰਾੜੀ ਸਾਹਿਬ ਨੂੰ, ਉਹਨਾਂ ਦੇ ਨਾਲ ਸਰਦਾਰ ਸਰਵਨ ਸਿੰਘ ਜੀ ਸੈਕਟਰੀ ਜਨਰਲ, ਸ਼ਹੀਦ ਊਧਮ ਸਿੰਘ ਟਰੱਸਟ ਭੈਣ ਜੀ ਨੂੰ ਬੇਨਤੀ ਹੈ ਕਿ ਉਹ ਵੀ ਮੰਤਰੀ ਸਾਹਿਬ ਦੇ ਨਾਲ ਤਸ਼ਰੀਫ ਫਰਮਾ ਹੋਣ। ਕਾਲੋਂ ਸਾਹਿਬ ਨੂੰ ਬੇਨਤੀ ਹੈ ਵਿਸ਼ੇਸ਼ ਤੌਰ 'ਤੇ ਬਹੁਤ ਪਿਆਰ ਸਤਿਕਾਰ ਦੇ ਨਾਲ ਕਾਲੋਂ ਸਾਹਿਬ ਨੂੰ ਬੇਨਤੀ ਹੈ ਕਿ ਉਹ ਵੀ ਆਉਣ, ਆਓ ਜੀ ਆਓ। ਡਾਕਟਰ ਗੁਰਚੇਤਨ ਜੀ ਨੂੰ ਬੇਨਤੀ ਕਰਾਂਗਾ, ਗੁਰਵੀਰ ਸਿੰਘ ਜੀ ਗਿੱਲ ਡਾਕਟਰ ਸਾਹਿਬ ਨੂੰ ਬੇਨਤੀ ਹੈ, ਗੁਰਚੇਤਨ ਜੀ ਆਓ ਕੁਹਾੜ ਸਾਹਿਬ ਦੇ ਨਾਲ, ਤੁਸੀਂ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋ, ਤੁਹਾਡਾ ਬਹੁਤ ਸਾਰਾ ਸਵਾਗਤ ਹੈ। ਮਾਣ ਹੈ ਸਾਨੂੰ ਕਿ ਤੁਸੀਂ ਸਾਰੇ ਨਿਯਮੇ ਛੱਡ ਕੇ ਆਏ ਹੋ, ਤੁਹਾਡਾ ਬਹੁਤ ਸਾਰਾ ਪਿਆਰ। ਉਹਨਾਂ ਦੇ ਨਾਲ ਮੈਂ ਬੇਨਤੀ ਕਰਾਂਗਾ ਬੜੇ ਪਿਆਰ ਸਤਿਕਾਰ ਦੇ ਨਾਲ, ਇਹ ਮੇਰੀ ਡਿਊਟੀ ਬਣਦੀ ਹੈ ਕਿ ਸਾਡੇ ਦਰਮਿਆਨ ਡਾਕਟਰ ਗੁਰਪ੍ਰੀਤ ਸਿੰਘ ਜੀ ਗਿੱਲ, ਆਦੇਸ਼ ਮੈਡੀਕਲ ਯੂਨੀਵਰਸਿਟੀ ਦੇ ਮੈਨੇਜਿੰਗ ਡਾਇਰੈਕਟਰ ਸਾਹਿਬ, ਡਾਕਟਰ ਮਨਰਾਜ ਕੌਰ ਜੀ ਗਿੱਲ, ਇਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਮੰਤਰੀ ਸਾਹਿਬ ਦੇ ਨਾਲ ਇਸ ਪਰਿਵਾਰ ਵੱਲੋਂ ਸ਼ਾਮਿਲ ਹੋ ਕੇ ਪਿਆਰ ਸਤਿਕਾਰ ਦਿੱਤਾ ਜਾਵੇ ਇਹਨਾਂ ਖਿਡਾਰੀਆਂ ਨੂੰ। ਹਾਂਜੀ ਠੀਕ ਹੈ ਜੀ, ਸਾਡੇ ਔਰ ਬਹੁਤ ਸਾਰਾ ਮਾਣ ਪਿਆਰ ਸਤਿਕਾਰ ਹੈ ਸਾਨੂੰ, ਸਾਡੇ ਬਹੁਤ ਹੀ ਸਤਿਕਾਰਯੋਗ ਜਥੇਦਾਰ ਅਜੀਤ ਸਿੰਘ ਜੀ ਕੁਹਾੜ, ਕੈਬਨਿਟ ਮੰਤਰੀ ਪੰਜਾਬ ਜਥੇਦਾਰ ਅਜੀਤ ਸਿੰਘ ਜੀ ਕਾਲੋਂ, ਅੱਜ ਜਿੱਥੇ ਉਹ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ, ਮਾਣ ਹੈ ਸਾਨੂੰ ਸੁਰਜਨ ਸਿੰਘ ਜੀ ਚੱਠਾ ਖੇਡ ਮੈਦਾਨ ਦੇ ਵਿੱਚ ਸ਼ਖਸੀਅਤ ਪੁੱਜੀ ਹੈ, ਕਬੱਡੀ ਦੇ ਗਵਰਨਰ ਦੇ ਤੌਰ ਤੇ ਪ੍ਰਸਿੱਧੀਆਂ ਮਿਲੀਆਂ ਨੇ ਮੇਰੇ ਪੰਜਾਬੀ ਵੀਰੋ ਸੁਰਜਨ ਸਿੰਘ ਜੀ ਚੱਠਾ ਸਾਹਿਬ ਮੈਦਾਨ ਦੇ ਅੰਦਰ ਪੁੱਜੇ ਹੋਏ, ਸਵਾਗਤ ਹੈ ਜੀ ਜੀਆਂ ਨੂੰ। ਕਰਨ ਘਮਾਣ ਜੀ ਦਿੜਬੇ ਦੀ ਧਰਤੀ ਤੋਂ ਪੁੱਜੇ ਆ, ਉਹਨਾਂ ਦਾ ਵੀ ਇੱਥੇ ਪਹੁੰਚਣ ਤੇ ਧੰਨਵਾਦ ਹੈ, ਔਰ ਉਹਨਾਂ ਨੇ ਬਹੁਤ ਸਾਡਾ ਸਹਿਯੋਗ ਦਿੱਤਾ ਗਦਰੀ ਬਾਬਿਆਂ ਦੇ ਕਬੱਡੀ ਕੱਪ ਨੂੰ ਸਫਲ ਕਰਨ ਵਾਸਤੇ। ਕਰਨ ਘਮਾਣ ਜੀ ਉਹ ਵੀ ਮੈਦਾਨ ਦੇ ਵਿੱਚ ਪੁੱਜੇ ਹੋਏ ਜੀ, ਧੰਨਵਾਦ ਹੈ। ਸਾਡੇ ਦਤਾਰ ਸਿੰਘ ਜੀ ਕੈਨੇਡਾ ਵਾਲਿਆਂ ਦੇ ਪਿਆਰ ਦੇ ਸੱਦੇ ਦੇ ਉੱਪਰ ਅੱਜ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ ਟੀਮਾਂ ਖੇਡਦੀਆਂ ਅਗਲੇ ਸਾਲ ਕੋਚਰ ਸਾਹਿਬ ਸਾਡੇ, ਆਹ ਦੇਖੋ ਮਲਕੀਤ ਸਿੰਘ ਦੌਲਤਪੁਰ ਤੇ ਭਾਵ ਢੀਂਡਸਾ ਜੀ ਕਹਿੰਦੇ ਵੀ ਬੈਸਟ ਰੇਡਰ ਜਾਫੀ ਨੂੰ ਮੋਟਰਸਾਈਕਲ ਦੇਵਾਂਗੇ, ਪਿੰਡ ਪੱਧਰ ਦੇ ਬੈਸਟ ਰੇਡਰ ਤੇ ਜਾਫੀ ਨੂੰ ਮੋਟਰਸਾਈਕਲ ਦਿੱਤੇ ਜਾਣੇ ਆ ਜੀ। ਧੰਨਵਾਦ ਹੈ ਜਥੇਦਾਰ ਮਲਕੀਤ ਸਿੰਘ ਦੌਲਤਪੁਰ ਤੇ ਭਾਵ ਢੀਂਡਸਾ ਜੀ। ਬਈ ਮੈਂ ਸਭ ਤੋਂ ਪਹਿਲਾਂ ਦਰਸ਼ਕਾਂ ਦਾ ਰਿਣੀ ਆ, ਬੜੇ ਉਤਾਵਲੇ ਨੇ ਦਰਸ਼ਕ ਵਲੀਆਂ ਯੋਧਿਆਂ ਦੀ ਕਬੱਡੀ ਦੇਖਣ ਵਾਸਤੇ ਗਦਰੀ ਬਾਬਿਆਂ ਦੇ ਇਸ ਕਬੱਡੀ ਕੱਪ ਦੇ ਵਿੱਚ ਪੁੱਜੇ ਹੋਏ ਦਰਸ਼ਕਾਂ ਦਾ ਧੰਨਵਾਦ। ਚਮਕੌਰ ਸਾਹਿਬ ਦੀ ਟੀਮ ਲਾਈਨ ਅਪ ਹੋ ਜਾਵੇ, ਫੋਟੋਗ੍ਰਾਫ ਇਹ ਤੁਹਾਡੇ ਹਲਕੇ ਦੀ ਟੀਮ ਹੈ, ਇੰਦਰ ਬਾਜਵਿਆਂ ਦਾ ਅੰਤਰਰਾਸ਼ਟਰੀ ਖਿਡਾਰੀ ਅੱਜ ਕੱਲ੍ਹ ਕੋਚ। ਵਾਹ ਵੀ ਵਾਹ, ਗੁਰਜਨ ਸਿੰਘ ਜੀ ਚੱਠਾ ਸਾਹਿਬ, ਬਿੱਟੂ ਜੀ ਜਸਪਾਲ ਬਾਂਗੜ ਤੋਂ, ਬਿੱਟੂ ਜੀ ਐਕਟਿੰਗ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ। ਪਿੰਡਾ ਯੂਐਸਏ, ਮੇਰੀ ਆਵਾਜ਼ ਸੁਣਦਾ ਹੋਵੇ ਪਿੰਡਾ ਯੂਐਸਏ, ਸਰਪੰਚ ਸਾਹਿਬ ਆਓ ਜੀ, ਆਓ ਗੁਰਚੇਤਨ ਜੀ ਆਓ, ਡਾਕਟਰ ਗੁਰਚੇਤਨ ਜੀ, ਡਾਕਟਰ ਗੁਰਵੀਰ ਜੀ ਗਿੱਲ ਸਾਹਿਬ, ਬਹੁਤ ਪਿਆਰੇ ਪਲ ਹਨ ਕਿ ਸਾਡੇ ਟਰਾਂਸਪੋਰਟ ਮੰਤਰੀ ਜਥੇਦਾਰ ਅਜੀਤ ਸਿੰਘ ਜੀ ਕੁਹਾੜ ਅੱਜ ਬਤੌਰ ਮੁੱਖ ਮਹਿਮਾਨ ਦੇ ਰੂਪ ਦੇ ਵਿੱਚ ਸਾਡੇ ਦਰਮਿਆਨ ਟੀਮਾਂ ਨੂੰ ਆਸ਼ੀਰਵਾਦ ਦਿੰਦੇ ਹੋਏ। ਕਾਲੋਂ ਸਾਹਿਬ ਦਾ ਰਣਜੀਤ ਸਿੰਘ ਜੀ ਕਾਲੋਂ ਸਾਹਿਬ, ਬਹੁਤ ਸਾਰਾ ਪਿਆਰ ਸਤਿਕਾਰ ਹੈ ਦਾ ਸਰਵਨ ਸਿੰਘ ਜੀ ਸੈਕਟਰੀ ਜਨਰਲ। ਹਾਂ ਜਸਕਰਨ ਸਿੰਘ ਕੈਨੇਡਾ, ਦਤਾਰ ਸਿੰਘ ਜੀ ਕੈਨੇਡਾ, ਸਾਡਾ ਯੂਐਸਏ, ਸਾਰੇ ਵੀਰਾਂ ਦਾ ਧੰਨਵਾਦ, ਸਾਡੀ ਸਰਪੰਚ ਇਹ ਐਲਾਨ ਕੀਤਾ ਜਾਂਦਾ ਹੈ ਵੀ ਪਹਿਲਾ ਜਿਹੜਾ ਇਨਾਮ ਹੈ ਇਸ ਟੂਰਨਾਮੈਂਟ ਦਾ ਇਹ ਸਰਬਜੀਤ ਸਿੰਘ ਜੀ ਸਾਹਿਬ ਸਰਪੰਚ ਸਾਹਿਬ, ਸਾਨੂੰ ਸਰਦਾਰ ਸਵਰਗੀਆ ਹਰਭਜਨ ਸਿੰਘ ਜੀ ਦੇ ਨਾਂ ਦੇ ਉੱਪਰ 1,51,000, ਕਿਉਂ ਸਰਪੰਚ ਸਾਹਿਬ 1,51,000 ਜੋਨੀ ਦਾ ਜੋਨ ਸਿੰਘ ਜੀ ਗਿੱਲ, ਬਹੁਤ ਪਿਆਰਾ ਸਰਦਾਰ ਮੇਜਰ ਸਿੰਘ ਜੀ ਮੈਂਬਰ ਪੰਚਾਇਤ ਦੇ ਲੱਕੇ ਜਿਗਰ ਜੋਰਾਵਰ ਸਿੰਘ ਜੀ, ਅਤੇ ਮਾਨ ਹੈ ਸਾਨੂੰ ਮੇਜਰ ਸਿੰਘ ਸਪੁੱਤਰ ਸਰਦਾਰ ਤਾਰਾ ਸਿੰਘ ਜੀ ਸੰਘਵਾਲ, ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਦੀ ਜਿਸ ਵੇਲੇ ਇਮਾਰਤ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਸੀ ਉਸ ਵੇਲੇ ਸੰਤਾਂ ਮਹਾਂਪੁਰਸ਼ਾਂ ਨੇ ਕਿਹਾ ਵੀ ਇਹ ਨੀਂਹ ਪੱਥਰ ਸਰਦਾਰ ਤਾਰਾ ਸਿੰਘ ਜੀ ਸੰਘਵਾਲ ਰੱਖਣਗੇ, ਉਹ ਵੀ ਸੰਤਾਂ ਵਰਗੀ ਤਬੀਅਤ ਦੇ ਮਾਲਕ। ਇਹ ਮੇਜਰ ਸਿੰਘ ਵੱਲੋਂ 1,11,000 ਰੁਪਈਆ, ਜੋਰਾਵਰ ਸਿੰਘ ਜੀ 1,11,000 ਰੁਪਏ ਦਾ ਦੂਸਰਾ ਇਨਾਮ ਜਿਹੜਾ ਹੈ ਇਹ ਤੁਹਾਡੇ ਪਰਿਵਾਰ ਵੱਲੋਂ ਹੋਵੇਗਾ ਤੁਹਾਡੇ ਦਾਦਾ ਜੀ ਦੇ ਨਾਂ ਦੇ ਉੱਪਰ, ਬਹੁਤ ਸਾਰਾ ਧੰਨਵਾਦ ਨਾਨਾ ਜੀ ਦੇ ਨਾਂ, ਬਹੁਤ ਸਾਰਾ ਧੰਨਵਾਦ, ਮਿਹਰਬਾਨੀ।
हेलो मेरे पंजाबी वीर पहले मैच दीयां टीमां मैदान दे विच ने। हरदीप सियान जी कित्थे आ जी? हरदीप सियान जी इधर आओ मेहरबानी भाई। मैं प्रोफेसर गोपाल सिंह जी नूं बेनती करांगा प्यार दे नाल साडे ते आपां 2 मिनट रुकना मैच क्योंकि आपां डिसिप्लिन बना लैण दिओ। हेलो हेलो काके दतार भाई बैरीकेड दे अंदरले पासे कोई दर्शक ना बैठे। साडे सुरजन सिंह जी चट्ठा साहब इधरले पासे कबड्डी दे गवर्नर दे तौर ते प्रसिद्धियां। सुखी बराड़ जी बैठे, बाऊ औलक बैठे, साडा वीर जिंदगी दा प्यारा मित्र है। हां जी किसे ने नहीं करना, तुहाडा अपना टूरनामेंट है सारिआं दा। जे तुसी सहयोग दोगे ते इह गदरी बाबिआं दा मेला सफल होना है। दतार पहला 2 मिनट दे आशीर्वाद देना कोहाट साहब ने, टाइम सानू दसो तुसी। हां जी हाफ टाइम ते जी ठीक है, नाले इहनां नूं मैच थोड़ी देर दे। हां जी हां जी हां जी ठीक है, क्योंकि कोहाट साहब उहनां ने जे माइक ते बोलिआ फिर कहणा जी रजेवे बहुत जरूरी ने, कोहाट साहब असीं तुहानूं अद्धा मैच दिखाउणा है। सो मेहरबानी करके अद्धे मैच तों बाद कोहाट साहब माइक ते अपने मुखारबिंद दे नाल गल करनगे। चट्ठा साहब हां जी पिछे हो जाओ जी, मेहरबानी करके मैं बेनती करा बैरीकेड तों पहली गल ते बाहर चल जाओ। ये बेनती है साडी, असीं बैरीकेड थोड़ा पिछे लवाया जां पिछे हो के बैठ जाओ क्योंकि सट जोड़ना लगे किसे दे। पंजाबी वीरो पहली कबड्डी ते जोर दे नाल ताड़ियां मार के दसो एक बार कमल नमे परदोने वालदा कहिंदे वी विश्व कबड्डी कप दे विच वी रेडां पाईआं गबरू ने, हल्का टच मार अपनी टीम वास्ते नंबर जोड़दा होया। आओ हैप्पी दी कबड्डी मैदान दे विच पैण जा रही है मेरे पंजाबी वीरो। सोखा बिली भुलर दा दूसरे पासे तीशा लोवलिया, आओ देखें भी रिशपाल ते सलामू शाम 84 पर इतले पासे हल्का टच किसनू मारदा है, आओ देखें भी आलो वलिया दिशा गुट फरदा खेड मैदान विच बल्ले 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 हुंदी खेड मैदान विच है। देखदे आ भी नंबर इस वेले रेटर दे खाते दे विच जुड़दा होया। गुरलाल सिंधना वाला रेड पा रहा खेड मैदान मेरे पंजाबी वीरियो। जोनी बाबा कनेडा वालों पहला इनाम 1,51,000 दिता जाना इन्हां मैचों की जेतू टीम को। साडे सत्कारयोग मेजर सिंह उन्होंने सरदार तारा सिंह की याद में दूसरा इनाम 1,11,000 देना है। इधरले पासे शेरू कोशिश कर रहा सी पर गुरलाल सिंधना वाला अपनी टीम वास्ते नंबर जोड़ गया कि बल्ले ओ शेर जवाना खेडी जा विच मैदाना। आओ जीतू जीतू दी कबड्डी मैदान दे विच है। चट्ठा साहब कहिंदे भी असीं तुहाडे एरिया दे विच ओह खिडारी लै के आए आ सुपरस्टार जिहड़े खिडारियों नूं तुसीं वर्ल्ड कप्पां दे विच तकिया मेरे पंजाबी वीरियो, अज उहनां खिडारियों दी जिहड़ी आमद होई है। मीरी पीरी कबड्डी क्लब बिजली नंगल ते श्री गुरु गोविंद सिंह कबड्डी क्लब कोटली थान सिंह दे टीमां दे दरमियान अगला मैच होना है। ओ भी टीम खेड मैदान दे विच आ जाओ मेरे पंजाबी वीरो। करमदीन फौजी शाम भाई शाहकोट दी टीम नूं 2000 रुपया कहिंदे भी जुर्माना बतौर किट दा होया। इंद्रपाल जी नोट रखियो मेहरबानी करके ते करमदीन फौजी अपनी टीम वास्ते नंबर दा वादा करदा होया। कोटले भड़ी पिंड वाला हैवन हुण अगली कबड्डी पाउण वास्ते सिख सरदार गबरू खेड मैदान दे विच वधिया कि गया वक्त ना वापस आवदाई ना छुटिया कमानू तीर मियां वाज मुर्शदां राह नहीं हथ आउंदे दुद्दां वाज ना रिजदी खीर मियां। हैवन नूं कौन टक पाऊ खेड मैदान दे अंदर, रिशपाल तलवंडी सलेम वाला यूरोप दे खेड मैदानां दे विच बलजीत सिंह बग्गे हुणां दे सद्दे ते खेडदा मेरे पंजाबी वीरो। इस वेले रिशपाल तलवंडी सलेम वाला खेड मैदान दे विच दफा भरदा होया बहुत जीदारी आत्मविश्वास दे नाल। उतले पासे आ है संदीप लुद्दड़ दिड़बे की धरती पंजाबी वीरो, बल्ले बल्ले हुई पे अज मार दो तारिया संदीप लुद्दड़ वास्ते एक बार जोर दे नाल जिहड़े फैन ने संदीप लुद्दड़ दे विश्व कबड्डी कप्पां दे विच गल हुंदी लुद्दड़ वाले। आओ संदीप लुद्दड़ दी मेरे पंजाबी वीरो दिड़बे की धरती प्रसिद्ध कर दिती है इस नौजवान ने। ते अगले पासे चार खिडारी त्यार बर त्यार ने, कौन टक पाउंदा नौजवान नूं खेड मैदान दे अंदर। उतले पासे आओ शेरू ने नफा ला दिते मेरे पंजाबी वीरे, पर उतले पासे आओ देखा कि भी संदीप हिक दे जोर नाल तुरदा नौजवान, हिक दे जोर दी गल करदा नौजवान खेड मैदान दे अंदर।
यह है कबड्डी नू प्यार मोहब्बत और गदरी बाबिया नू शरदा दे फुल भेट किए जा रहे हैं। हैप्पी मनौली वाला खेड मैदान के अंदर कबड्डी पा रहे हैं। दर्शक वीर पप्पा पार हो पाए ने के बगानिया दे नाल पेचा पौना केड़ा सौखा है, जग दे प्लेयर कहौना केड़ा सौखा है, सिखने पेंदे ने उस्तादा कोलों गुण, नाले खाण लई भी तगड़ी गजा चाहीदी, जग उत्ते होवे जे खेडणी कबड्डी ते तगड़ा ते ताकत अथाह चाहीदी। कमल नवे पिंडिया खेड़ मैदान दे विच कबड्डी पा रहा है, देखदे आ भी कौन डकदा है कि डौलियां च जान चाहीदी, औखा हुंदा जाफियां ते टच मारना, हलौणी पेंदी कदमां दे नाल धरती रख हौसला पैंदा है मैदान विच वधन। शेरू ने टच मारिया, अपनी टीम दा वादा कर गया नौजवान गीती। आओ मलोए पिंड वाला नौजवान गबरू खेड मैदान विच कबड्डी पा रहा है, बे गीतू नू कौन टकदा है। आओ उतले पासे बल्ले बल्ले हुई पी खेल मैदान के अंदर देखना भी नौजवान इस वेले धीशा आलोवल ढेरिया वाला कनेडा खेडिया, कहते भी अमेरिका दे विच डफे लाए नौजवान ने ते उतले पासे ला डफा शाहकोट लायंस की टीम वास्ते एक नंबर का वादा करता हुआ नौजवान। बुरलाल सिंधना पिंडा सुल्तानपुर लोधी का एरिया मेरे पंजाबी वीरियो प्रसिद्ध कर दिता है। खिलाड़ियों ने कदे ताशपुरी सुखे दियां गल्लां हुंदियां, कदे सिंधना पिंड दे जिंदर दा नाम गूंजदा है, ते कदे गुरलाल दी गल हुंदी है। उधले पासे लपेटा मारन दा यतन कीता है पर नंबर धावी दा हो गया। खेड मैदान दे विच इस वेले शाहकोट लायंस दी टीम वास्ते नौजवान गबरू ने एक नंबर दा वादा कर दिता है कि परखे जांदे विच मैदाने भी मित्रों जोर जवानां दे, परखे जांदे विच मैदाने भी मित्रों जोर जवानां दे। ए जोर दी जोश दी खेड कबड्डी मैदान दे अंदर चलदी होई कि ਖੰਡਾ ਜੱਜਦਾ ਕਿਸੇ ਦੇ ਡੌਲਿਆਂ ਤੇ, ਕਿਸੇ ਦੇ ਛਾਤੀ ਤੇ ਲੋਕੋ ਸ਼ੇਰ ਫਬਦਾ, ਕਿਸੇ ਦੇ ਬਦਨ ਤੇ ਬਿਜਲੀ ਲਿਸ਼ਕਦੀ ਏ, ਕਿਸੇ ਦੇ ਸੀਨੇ ਤੇ ਰਾਵੀ ਚਨਾਬ ਵਗਦਾ, ਪੈਰ ਉੜਦੇ ਕਿਸੇ ਦੇ ਹਵਾਵਾਂ ਵਿੱਚ, ਕੋਈ ਆਉਂਦਾ ਚੀਤੇ ਦੀ ਭਾਗ ਵਗਦਾ, ਫਤਵਾਲ ਸੋਨੂੰ ਕਿਸੇ ਦੇ ਪੱਟਾਂ ਤੇ ਮੋਰ ਨੱਚਦੇ, ਤੇ ਕੋਈ ਤੁਰਦਾ ਹਿਰਨ ਦੀ ਚਾਲ ਲੱਗਦਾ। ਕਰਮਦੀਨ ਪੂਰਾ ਨਾਮ ਹੈ ਇਸ ਖਿਡਾਰੀ ਦਾ, ਪਿਆਰ ਦੇ ਨਾਲ ਦੁਨੀਆ ਫੌਜੀ ਕਹਿੰਦੀ ਇਸ ਖਿਡਾਰੀ ਨੂੰ, ਸ਼ਾਮ 84 ਵਾਲਾ ਫੌਜੀ ਤੇ ਸਲਾਮੂ ਦੋ ਵੀਰ ਸਕੇ ਖੇਡਦੇ। इस वे खेड मैदान के अंदर एन नजारा बजिया हुआ पंजाबियों की महबूब खेड कबड्डी का हैवन। अगली कबड्डी पा रहा है खेड मैदान के अंदर के मर जाए माना वे गुरु की सिखी बड़ी न्यारी, सिर कटदा कट जावे सिख की कैम रहे सरदारी।